ਕਿ ਸਿੱਧੂ ਜੀ, ਕੀ ਹਾਲ ਚਾਲ? ਕੀ ਹਾਲ ਚਾਲ ਬਾਈ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਮੈਡਮ, ਬਹੁਤ ਵਧੀਆ ਮੇਰੇ ਕੋਲ ਤੇ ਸੁਣ ਠੀਕ ਠਾਕ ਹੋ? ਸਾਰਿਆਂ ਨੂੰ ਇਹੀ ਕਿਹਾ ਜਾ ਰਿਹਾ ਕਿ ਆਪਾਂ ਫੋਟੋ ਵਾਲਾ ਸਿਸਟਮ, ਸਨੈਪਚੈਟ ਸਟੋਰੀ ਵਾਲਾ ਸਿਸਟਮ ਅਵੋਇਡ ਕਰਨ, ਕਿਉਂਕਿ ਇੱਕ ਸੀਰੀਅਸ ਮੁੱਦਾ ਹੈ, ਆਪਾਂ ਇੱਕ ਸੀਰੀਅਸ ਮੁੱਦੇ ਤੇ ਇਕੱਠੇ ਹੋਏ ਆ। ਉੱਥੇ ਆਪਾਂ ਇੱਕ ਕਿਸਾਨ ਦੇ ਪੁੱਤ ਬਣ ਕੇ, ਜ਼ਮੀਨਦਾਰਾਂ ਦਾ ਪੁੱਤ ਬਣ ਕੇ ਉੱਥੇ ਸਾਰੇ ਪਹੁੰਚ ਰਹੇ ਹਾਂ। ਉੱਦਾਂ ਹੀ ਬਿਹੇਵ ਕਰਨਾ ਸਾਰਿਆਂ ਨੇ। ਤੁਸੀਂ ਸਾਥ ਦਿਓਗੇ, ਤੁਸੀਂ ਸਾਰੇ ਸਾਥ ਦਿਓਗੇ, ਸਾਡੇ ਵੀ ਦਿਲ ਦਾ ਹੌਸਲਾ ਵਧੂਗਾ। ਹਰ ਉਸ ਮੁੱਦੇ ਤੇ ਬੋਲਾਂਗੇ, ਹਰ ਉਸ ਮੁੱਦੇ ਤੇ ਆਵਾਂਗੇ, ਹਰ ਉਸ ਮੁੱਦੇ ਤੇ ਖੜਾਂਗੇ ਜਿੱਥੇ ਖੜਾਉਂਗੇ। ਸੋ ਤੁਸੀਂ ਸਾਥ ਦੇਣਾ, ਜਦੋਂ ਸਾਥ ਨਹੀਂ ਮਿਲਦਾ ਤਾਂ ਫਿਰ ਰਖਿਆਈ ਆ ਜਾਂਦੀ ਹੈ। ਸਾਰਿਆਂ ਨੂੰ ਰਿਕੁਐਸਟ ਹੈ, ਸਿੱਧੂ ਇੱਕ ਵਾਰੀ ਤੂੰ ਵੀ ਯਾਰ ਸਾਰਾ ਮੇਰਾ ਵੀ ਸਾਰਿਆਂ ਨੂੰ ਬਰੀਫ ਕਰ। ਪਹਿਲੀ ਗੱਲ ਤਾਂ ਬਾਈ ਸਾਰਿਆਂ ਨੂੰ ਮੈਂ ਇਹੀ ਕਹਿੰਦਾ ਗਾ ਵੀ ਜਿੰਨੇ ਵੀ ਭਰਾ ਜੁੜੇ ਹੋਏ ਨੇ, ਨਾਲ ਅਮਰਤ ਵੀਰ ਹੋ ਗਿਆ, ਗੁਰ ਵਾਲਾ ਵੀਰ ਹੋ ਗਿਆ, ਹੈ ਨਾ ਬਾਈ, ਬਾਈ ਆਰਨੇਤ ਹੋ ਗਿਆ, ਸਾਰੇ ਜਿੰਨੇ ਭਰਾ ਭਾਨਾ ਹੋ ਗਿਆ ਨਾ, ਸਾਰੇ ਜਿੰਨੇ ਵੀ ਭਰਾ ਛੋਟੇ ਵੱਡੇ ਭਾਈ ਨੇ ਸਾਡੇ ਸਾਰੇ, ਹੈ ਨਾ ਮੈਂ ਪਹਿਲਾਂ ਤੁਹਾਡਾ ਸਾਰਿਆਂ ਸ਼ੁਕਰੀਆ ਅਦਾ ਕਰਦਾ ਬਾਈ ਵੀ ਜੋ ਵੀ ਆਪਾਂ ਭਰਾ ਲੈ ਕੇ ਤੁਸੀਂ ਸਾਡੇ ਨਾਲ ਖੜੇ ਹੋ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ। ਦੂਜੀ ਗੱਲ ਸਭ ਤੋਂ ਵੱਡਾ, ਯਾਨੀ ਕਿ ਆਪਾਂ ਥੈਂਕ ਯੂ ਕਰਦੇ, ਜਿੰਨੇ ਵੀ ਆਪਣੀ ਖਲਕਤ ਜਨਤਾ, ਜਿੰਨੇ ਵੀ ਆਪਣੇ ਭੈਣ ਭਰਾ, ਜਿੰਨੇ ਵੀ ਸਾਨੂੰ ਪਿਆਰ ਕਰਦੇ ਉੱਥੇ ਆਉਣਗੇ। ਦੇਖੋ ਬਾਈ, ਅਸੀਂ ਦੇਖੋ ਨਾ ਤਾਂ ਆਪਾਂ ਸਟਾਰ ਕਲਾਕਾਰ, ਪਹਿਲਾਂ ਅਸੀਂ ਸਟਾਰ ਕਲਾਕਾਰ ਹੋਵਾਂਗੇ ਆਪਦੀ ਫੀਲਡ ਦੇ ਵਿੱਚ, ਹੈ ਨਾ। ਸਭ ਤੋਂ ਪਹਿਲਾਂ ਅਸੀਂ ਕਿਸਾਨ ਆ, ਠੀਕ ਹੈ, ਕਿਸਾਨਾਂ ਦੇ ਮੁੰਡੇ ਆ, ਠੀਕ ਹੈ, ਜੱਟ ਆ, ਠੀਕ ਹੈ ਨਾ। ਤੇ ਵੀ ਇਹ ਉੱਥੇ ਸਾਨੂੰ ਇਹ ਫੀਲਿੰਗ ਨਾ ਦਵਾਇਓ ਵੀ ਫੋਨ ਕੱਢਦੇ ਆ, ਫੋਟੋ ਕੱਢਦਾ, ਇੱਕ ਦਿਨ ਖਾਤਰ ਫੋਨ ਫੋਟੋ ਵੀ ਨਾ ਸਾੜ ਸਕਦੇ ਆ, ਠੀਕ ਹੈ, ਮੇਰਾ ਬਿਲਕੁਲ ਜੇਬ ਚ ਮੋਬਾਈਲ ਨਾ ਕੱਢਿਓ, ਠੀਕ ਹੈ ਨਾ। ਉੱਥੇ ਆਪਾਂ ਐਜ਼ ਆ ਕਿਸਾਨ, ਹੈ ਨਾ, ਐਜ਼ ਆਪਾਂ ਜੱਟ ਜ਼ਿਮੀਂਦਾਰ ਜਾਣਾ, ਠੀਕ ਹੈ, ਇਸੇ ਫੀਲਿੰਗ ਦੇ ਮਾਰੇ ਅਸੀਂ ਪਹਿਲਾਂ ਨਹੀਂ ਗਏ, ਠੀਕ ਹੈ। ਜੇ ਅਸੀਂ ਉੱਥੇ ਜਾ ਕੇ ਆਪਾਂ ਆਹ ਫੋਟੋਆਂ ਖਿੱਚਣੀ ਹੈ, ਫਿਰ ਕੋਈ ਆਪਾਂ ਦਮ ਨੀ, ਜਿਹਨੇ ਫੋਟੋ ਖਿੱਚਣੀ ਹੈ ਬਾਈ ਉਹਦੇ ਮੈਨੂੰ ਨਾ ਹੀ ਆਇਓ, ਆਪਦੀ ਜੇਬ ਚ ਪਵਾ ਕੇ ਮੋਬਾਈਲ ਆਪਦਾ ਘਰੇ ਖਿੱਚ ਲਿਓ ਬਾਈ, ਹੈ ਨਾ। ਉਸ ਚੀਜ਼ ਦਾ ਕੋਈ ਤੰਤ ਨੀ, ਕਿਉਂਕਿ ਕੋਈ ਇਹ ਆਪਾਂ ਖੁਸ਼ੀ ਸਮਾਗਮ ਤੇ ਤਾਂ ਜਾ ਨੀ ਰਹੇ ਵੀ ਕੋਈ ਆਪਾਂ ਉੱਥੇ ਕੋਈ ਇਕੱਠ ਕਰਕੇ ਆਪਾਂ ਇੱਕ ਟਾਂਟ ਪਾਉਣਾ, ਠੀਕ ਹੈ ਨਾ। ਵੀ ਉੱਥੇ ਸ਼ਾਂਤਮਈ ਇੱਕ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਹੈ, ਠੀਕ ਹੈ, ਉਹ ਸਾਡਾ ਹੱਕ ਬਣਦਾ ਹੈ, ਸਾਡੀ ਰਿਸਪੋਂਸੀਬਿਲਟੀ ਹੈ, ਠੀਕ ਹੈ, ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ ਸਾਰਿਆਂ ਨੂੰ, ਕਿਉਂਕਿ ਅਸੀਂ ਕੋਈ, ਸਾਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਹੈਗੀ, ਜਾਂ ਕਿਸੇ ਨਾਲ ਕੋਈ ਸਾਨੂੰ ਈਰਖਾ ਨਹੀਂ ਵੀ ਅਸੀਂ ਕੋਈ ਆਪਣਾ ਨਾਰਾ ਅੱਡ ਬਣਾਇਆ ਜਾਂ ਕੁਛ ਹੋਰ ਬਣਾਇਆ। ਨਾਰਾ ਬਣਾਉਣ ਦਾ ਮਤਲਬ ਇਹ ਹੈ ਨੌਜਵਾਨ, ਅਸੀਂ ਖੁਦ ਨੌਜਵਾਨ, ਠੀਕ ਹੈ, 26-26 ਸਾਲ ਸਾਡੀ ਸਾਰਿਆਂ ਦੀ ਉਮਰ ਹੈ, ਤੇ ਸਾਨੂੰ ਸੁਣਨ ਵਾਲੇ ਵੀ ਮੋਸਟ ਆਫ ਦਾ ਜਿੰਨੇ ਵੀ ਮੋਸਟ ਪ੍ਰੋਬੇਬਲੀ ਜਿੰਨੇ ਬੰਦੇ ਹੈਗੇ ਸਾਰੇ ਨੌਜਵਾਨ ਨੇ, ਠੀਕ ਹੈ, ਠੀਕ ਹੈ। ਹੁਣ ਤੱਕ ਸਾਰੇ ਥਾਂ ਤੇ ਇਹ ਸਾਡੇ ਬਜ਼ੁਰਗ ਸੰਘਰਸ਼ ਕਰ ਰਹੇ ਨੇ, ਸਾਡਾ ਇਸ ਜਿਹੜਾ ਸੰਘਰਸ਼ ਕਰਨ ਦਾ ਜਾਂ ਰੋਸ ਮਾਰਚ ਕਰਨ ਦਾ ਮੇਨ ਮੁੱਦਾ ਕੀ ਹੈ? ਮੇਨ ਮੁੱਦਾ ਇਹ ਹੈ ਵੀ ਜਿੰਨੇ ਵੀ ਸਾਨੂੰ ਭਾਈ ਨੌਜਵਾਨ ਸੁਣਦੇ ਹੋ, ਹੁਣ ਤੱਕ ਬਜ਼ੁਰਗਾਂ ਨੇ, ਸਾਡੇ ਚਾਚਿਆਂ ਤਾਇਆਂ ਨੇ, ਮਾਸੀਆਂ ਨੇ, ਚਾਚੀਆਂ ਨੇ ਧਰਨੇ ਲਾਏ ਨੇ, ਅਸੀਂ ਚਾਹੁੰਦੇ ਹਾਂ ਵੀ ਸਾਡੇ ਭਰਾ ਵੀ, ਸਾਰਾ ਜਿੰਨਾ ਯੂਥ ਹੈ ਸਾਡਾ, ਉੱਥੇ ਧਰਨੇ ਤੇ ਪਹੁੰਚੇ ਤੇ ਕੁੱਲ ਦੁਨੀਆਂ ਨੂੰ ਪਤਾ ਲੱਗੇ ਵੀ ਸਿਰਫ ਇਹਨਾਂ ਦੇ ਬਜ਼ੁਰਗ ਨਹੀਂ ਹੱਕਾਂ ਵਾਸਤੇ ਜਾਗਰੂਕ ਹੈ ਕਿ ਇਹਨਾਂ ਦੇ ਨੌਜਵਾਨ ਵੀ ਜਾਗਰੂਕ। ਖੁੱਲੇ ਕਰਿਓ ਜਦੋਂ ਮਰਜ਼ੀ ਕਰਿਓ, ਠੀਕ ਹੈ ਨਾ, ਖੁੱਲਾ ਟਾਈਮ ਆ, ਜਦੋਂ ਮੁੜ ਕੇ ਆਹ ਸਿਸਟਮ ਰੌਲਾ ਨਿਬੇੜ ਦੋ, ਜਿਹਨੇ ਕਰਨਾ ਹੋਇਆ ਜਮਾ ਕਹਿ ਕੇ ਕਹਿਣਾ, ਜਿਹਨੇ ਕਰਨਾ ਹੋਇਆ ਕਰਿਓ, ਜਵਾਬ ਵੀ ਦੇਵਾਂਗੇ, ਕੋਈ ਦਿੱਕਤ ਨਹੀਂ। ਪਰ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਹੁਣ ਆਪਣੀ ਲੜਾਈ ਕੁਛ ਹੋਰ ਹੈ ਬਾਈ, ਠੀਕ ਹੈ, ਆਹ ਦੁਖੀ ਗੱਲਾਂ ਪਿੱਛੇ ਸਾਰੀ ਜ਼ਿੰਦਗੀ ਲੜਦੇ ਰਵਾਂਗੇ, ਉਹਦਾ ਕੋਈ ਫਾਇਦਾ ਨਹੀਂ, ਠੀਕ ਹੈ ਨਾ ਬਾਈ। ਅਸੀਂ ਕੋਈ ਕੰਟਰੋਵਰਸੀ ਸਾਨੂੰ ਨਾ ਇਸ ਚੀਜ਼ ਦੀ ਘਬਰਾਹਟ ਹੈ, ਠੀਕ ਹੈ, ਸਾਰਿਆਂ ਨੂੰ ਸੁਭਾਅ ਦਾ ਪਤਾ ਆਪਣੇ ਦਾ, ਠੀਕ ਹੈ, ਨਾ ਆਪਾਂ ਇਸ ਚੀਜ਼ ਟੁਕੜੇ ਦਵੇ ਹਾਂ ਜਾਂ ਆਪਾਂ ਨੂੰ ਕੋਈ ਕਮੈਂਟਾਂ ਕਮੁੰਟਾਂ ਦਾ ਆਪਾਂ ਨੂੰ ਚੱਕਰ ਕੋਈ ਨਹੀਂ, ਠੀਕ ਹੈ, ਨਾ ਹੀ ਆਪਾਂ ਇਸ ਜੇ ਇਕੱਲੇ ਨਾਮ ਬਣਾਉਣ ਖਾਤਰ ਜਾਂ ਅਸੀਂ ਇਹ ਕਰਦੇ ਸਿਸਟਮ ਕਰਦੇ ਸੀ ਵੀ ਸਾਡੇ ਕੋਈ ਦਿਮਾਗ ਦੇ ਉੱਤੇ ਕੋਈ ਕੁਛ ਲਿਖਿਆ, ਗਲਤ ਤਾਂ ਲਿਖਿਆ ਨਹੀਂ ਹੋਇਆ ਹੈਗਾ ਵੀ ਇਹ ਤਾਂ ਅਸੀਂ ਤੁਰੇ ਫਿਰਦੇ ਨੇ, ਹੈ ਨਾ, ਠੀਕ ਹੈ, ਅਸੀਂ ਆਪ ਇੱਥੇ ਰਹਿੰਦੇ ਹਾਂ, ਠੀਕ ਆ, ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਆਪ ਆਪਦਾ ਕੰਮ ਠੀਕ ਕਰਦੇ ਹਾਂ, ਠੀਕ ਹੈ, ਸਾਨੂੰ ਮੁੜਕੇ ਦੀ ਕਦਰ ਦਾ ਪਤਾ ਵੀ ਮੁੜਕਾ ਕਿਵੇਂ ਆਉਂਦਾ, ਠੀਕ ਹੈ, ਤੇ ਉਹਦਾ ਮੁੱਲ ਕੀ ਹੈ, ਠੀਕ ਹੈ, ਅਸੀਂ ਸਾਡਾ ਆਪਦੇ ਮਨ ਦੇ ਵਿੱਚ ਰੋਸ ਹੈ, ਠੀਕ ਹੈ, ਅਸੀਂ ਤਾਂ ਕਰਕੇ ਜਾ ਰਹੇ ਹਾਂ, ਨਾ ਸਾਨੂੰ ਪਬਲਿਸਿਟੀ ਦੀ ਪਰਵਾਹ ਹੈ, ਨਾ ਸਾਨੂੰ ਕੰਟਰੋਵਰਸੀ ਦੀ ਪਰਵਾਹ, ਤੇ ਨਾ ਹੀ ਅਸੀਂ ਉਸ ਚੀਜ਼ ਲਈ ਕਦੇ ਕੁਛ ਕੀਤਾ, ਦੱਸ ਦਿੱਤਾ ਸਾਰਾ ਕੁਛ ਹੈ। ਬਿਲਕੁਲ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਵੀ ਬਾਈ, ਜਿਹੜਾ ਤੁਸੀਂ ਆ ਫੁੱਟ ਪਾੜ ਪਾਉਣੀ ਹੈ ਜਦੋਂ ਮਰਜ਼ੀ ਪਾਓ, ਕੋਈ ਦਿੱਕਤ ਨਹੀਂ ਹੈਗੀ, ਪਰ ਇਸ ਵਕਤ ਸਾਡੀ ਲੜਾਈ ਕੁਛ ਹੋਰ ਹੈ, ਇਸ ਵਕਤ ਮੇਰਾ ਵੀਰ, ਇਸ ਵਕਤ ਸਾਰੇ ਭਰਾਵਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਮੇਰੇ ਵੱਲੋਂ ਵੀ ਇਹ ਜਿਹੜੇ ਮੁੱਦੇ ਨੂੰ ਲੈ ਕੇ ਅੱਜ ਆਪਾਂ ਲਾਈਵ ਹੋਏ ਹਾਂ, ਜਿਹੜੇ ਮੁੱਦੇ ਨੂੰ ਲੈ ਕੇ ਅਸੀਂ ਇਕੱਠੇ ਹੋ ਰਹੇ ਹਾਂ, ਉਹ ਮੁੱਦਾ ਹੀ ਟੋਟਲੀ ਸੈਪਰੇਟ ਹੈ, ਉਹਦਾ ਕੋਈ ਇੰਡਸਟਰੀ ਨਾਲ ਕਿਸੇ ਬੰਦੇ ਨੂੰ ਕੋਈ ਕੱਲਾ ਮੇਰਾ ਨਹੀਂ, ਕੋਈ ਉਹ ਆਪਣੇ ਸਾਰਿਆਂ ਦਾ ਕੱਲੇ ਭਾਣੇ ਦਾ ਨਹੀਂ, ਉਹ ਸਾਡਾ ਸਾਰਿਆਂ ਦਾ ਮੁੱਦਾ ਹੈ, ਠੀਕ ਹੈ, ਆਖਰ ਤੋਂ ਰੋਟੀ ਸਾਰਿਆਂ ਦੀ ਖਾਣੀ ਹੈ, ਫਿਰ ਰੋਟੀ ਦਾ ਮੁੱਦਾ ਹੈ,
ਬਿਲਕੁਲ ਠੀਕ ਹੈ ਨਾ ਇਹ ਮੁੱਦਾ ਹੈ ਕਿਸੇ ਦੀ ਪਬਲਿਸਿਟੀ ਲਈ ਨਹੀਂ ਲਓ ਜੀ ਮੈਂ ਮੈਂ ਸਾਰਿਆਂ ਨੂੰ ਇਹ ਚੀਜ਼ ਦੱਸਣੀ ਚਾਹੁੰਦਾ ਵੀ ਇਹ ਚੀਜ਼ ਵੀ ਦੱਸਣੀ ਚਾਹੁੰਦਾ ਵੀ ਬਾਈ ਜੇ ਅਸੀਂ ਇਹ ਅਲੱਗ ਤੌਰ ਤੇ ਕਰ ਰਹੇ ਹਾਂ ਤਾਂ ਇਹਦਾ ਵੀ ਇੱਕ ਰੀਜ਼ਨ ਹੈ ਠੀਕ ਹੈ ਨਾ ਅਸੀਂ ਕਿਸੇ ਪੋਲਿਟਿਕਸ ਦਾ ਕਿਸੇ ਪਾਰਟੀ ਦਾ ਕਿਸੇ ਯੂਨੀਅਨ ਦਾ ਅਸੀਂ ਹਿੱਸਾ ਕਿਉਂ ਨਹੀਂ ਬਣੇ ਕਿਉਂਕਿ ਅਸੀਂ ਯੰਗ ਜਨਰੇਸ਼ਨ ਆ ਬਾਈ ਠੀਕ ਹੈ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਕਰਕੇ ਕਿਸੇ ਦੀ ਆਪਸ ਪੋਲਿਟਿਕਸ ਚੱਲੇ ਜਾਂ ਅਸੀਂ ਕਿਸੇ ਈਰਖਾ ਦਾ ਹਿੱਸਾ ਬਣੀਏ ਠੀਕ ਹੈ ਸਾਡਾ ਅਲੱਗ ਤੁਰਨ ਦਾ ਅਲੱਗ ਰੱਖਣ ਦਾ ਅਲੱਗ ਰੋਸ ਮਾਰਚ ਰੱਖਣ ਦਾ ਸਾਡਾ ਇਹੀ ਹੈ ਨੌਜਵਾਨ ਕਿਸਾਨ ਏਕਤਾ ਰੱਖਣ ਦਾ ਮਤਲਬ ਇਹੀ ਹੈ ਵੀ ਇਹ ਧਰਨਾ ਨੌਜਵਾਨਾਂ ਦਾ ਠੀਕ ਹੈ ਇਹਦੇ ਚ ਕਿਸੇ ਪਾਰਟੀ ਦੀ ਨਾ ਅਕਾਲੀ ਦੀ ਨਾ ਕਾਂਗਰਸ ਦੀ ਨਾ ਆਮ ਦੀ ਨਾ ਕਿਸੇ ਹੋਰ ਦੀ ਨਾ ਕਿਸੇ ਯੂਨੀਅਨ ਦੀ ਸ਼ਮੂਲੀਅਤ ਨਹੀਂ ਹੋਣੀ ਸਿਰਫ ਕਿਸਾਨਾਂ ਦੀ ਤੇ ਨੌਜਵਾਨਾਂ ਦੀ ਸ਼ਮੂਲੀਅਤ ਹੋਊਗੀ ਠੀਕ ਹੈ ਨਾ ਅਸੀਂ ਜੇ ਤਾਂ ਅਸੀਂ ਨੰਬਰ ਕੁੱਟਣੇ ਹੁੰਦੇ ਬਾਈ ਠੀਕ ਹੈ ਨਾ ਤਾਂ ਅਸੀਂ ਨੰਬਰ ਕੁੱਟਣੇ ਹੁੰਦੇ ਫਿਰ ਤਾਂ ਅਸੀਂ ਕਿਸੇ ਪਾਰਟੀ ਨਾਲ ਰਲ ਕੇ ਉਹਨਾਂ ਨੂੰ ਨਾਰੇ ਮਾਰਦੇ ਝੰਡੇ ਚੱਕ ਕੇ ਉਹਨਾਂ ਨੇ ਠੀਕ ਹੈ ਸਾਡਾ ਇੱਕ ਨਾਰਾ ਆਪਾਂ ਨੂੰ ਕੋਈ ਮਤਲਬ ਨਹੀਂ ਯਾਰ ਕਾਲੀਆਂ ਝੰਡੀਆਂ ਦੇਣ ਦਾ ਮਤਲਬ ਸਿਰਫ ਇਹੀ ਹੈ ਵੀ ਅਸੀਂ ਨੌਜਵਾਨ ਆ ਪੰਜਾਬ ਦਾ ਨੌਜਵਾਨ ਆ ਜਿਹਨੂੰ ਮੈਂ ਉਹ ਨੌਜਵਾਨ ਆ ਜਿਹਨੂੰ ਸਾਰੇ ਪੰਜਾਬ ਦੇ ਨੌਜਵਾਨ ਸੁਣਦੇ ਨੇ ਅਮਰਤ ਬਾਈ ਉਹ ਨੌਜਵਾਨ ਆ ਜਿਹਨੂੰ ਪੰਜਾਬ ਦੇ ਲੋਕ ਸੁਣਦੇ ਨੇ ਠੀਕ ਹੈ ਤੇ ਸਾਡੇ ਉਹ ਭਰਾ ਨੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਤੇ ਆਖਰੀ ਦਮ ਤੱਕ ਜਿੱਥੋਂ ਸਾਨੂੰ ਖੜਾਉਣਗੇ ਅਸੀਂ ਉੱਥੇ ਖੜਾਂਗੇ ਹੁਣ ਦੂਜੀ ਗੱਲ ਇਹ ਤਾਂ ਮੈਂ ਤੁਹਾਨੂੰ ਜਿਹੜੀ ਸੀਗੀ ਐਕਸਪਲੇਨ ਕੀਤੀ ਬਾਈ ਤੇ ਦੂਜੀ ਗੱਲ ਵੀਰੇ ਹੁਣ ਮੈਂ ਟਾਈਮਿੰਗਸ ਬਾਰੇ ਅਮਰਤ ਬਾਈ ਥੋੜਾ ਜਿਹਾ 10 ਮਿੰਟ ਦੇਵਾਂ ਫਿਰ ਮੈਂ ਤੁਹਾਨੂੰ 10 ਮਿੰਟ ਦਿੰਦਾ ਬੋਲਣ ਦੀ ਜੋ ਵੀ ਤੁਸੀਂ ਬੇਨਤੀ ਕਰ ਸਕਦੇ ਹੋ ਆਪਣੇ ਕੋਲੇ ਬਾਈ ਪ੍ਰਸ਼ਾਸਨ ਮੰਨਿਓ ਦੁਪਹਿਰ ਦੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੋਸ ਮਾਰਚ ਕਰਨ ਦੀ ਪਰਮਿਸ਼ਨ ਹੈ ਰੋਸ ਮਾਰਚ ਦੀ ਜਗ੍ਹਾ ਹੈਗੀ ਹੈ ਜਿਹੜੀ ਮਾਨਸਾ ਸ਼ਹਿਰ ਮੂਸਾ ਕੈਂਚੇ ਕਹਿੰਦੇ ਉਹਨੂੰ ਕਈ ਸਰਸਾ ਕੈਂਚੇ ਕਹਿੰਦੇ ਠੀਕ ਹੈ ਜਵਾਰ ਕੇ ਮੂਸਾ ਤੇ ਸਰੂਲਗੜ੍ਹ ਵਾਲਾ ਟੀ ਪੁਆਇੰਟ ਵੱਜਦਾ ਜੀ ਉੱਥੇ ਆਪਣਾ ਯਾਨੀ ਕਿ ਧਰਨਾ ਹੋਊਗਾ ਬਾਲੀ ਗੱਲ ਹੋਊਗੀ ਉੱਥੇ ਜਾ ਕੇ ਤੁਹਾਨੂੰ ਇਸੇ ਵੀਡੀਓ ਵੀ ਪਾ ਦਿਆਂਗੇ ਵੀ ਭਾਈ ਆਹ ਜਗ੍ਹਾ ਹੈ ਇੱਥੇ ਮਿਲਣਾ ਦੂਜੀ ਗੱਲ ਬਾਈ 12 ਤੋਂ 3 ਤੱਕ ਆਪਣੀ ਪਰਮਿਸ਼ਨ ਹੈ ਸਾਰੇ ਬੰਦੇ ਮੇਕ ਸ਼ੋਰ ਕਰਿਓ ਬਾਈ 10 ਵਜੇ ਤੋਂ ਪਹਿਲਾਂ ਪਹਿਲਾਂ ਉੱਥੇ ਸਾਰੇ ਜਾਣੇ ਹੋ ਠੀਕ ਹੈ ਨਾ ਆਪਾਂ ਸਾਰੀ ਚੀਜ਼ ਅਨੁਸ਼ਾਸਨ ਤੇ ਟਾਈਮ ਦੇ ਪਾਬੰਦ ਰਹਿ ਕੇ ਕਰਨੀ ਹੈ ਤੀਜੀ ਗੱਲ ਬਾਈ ਜਿਹੜੇ ਬੰਦੇ ਵੀ ਪਿੰਡਾਂ 'ਚ ਹੋਣਗੇ ਚਾਹੇ ਉਹ ਮੇਰੇ ਮਾਨਸਾ ਦੇ ਹੋਣ ਜਿਹੜੇ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਨੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਨੇ ਜਿਹੜੇ ਸਾਡੇ ਮਾਨਸਾ ਦੇ ਨੇੜੇ ਤੇੜੇ ਪੈਂਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਹਿਲੀ ਗੱਲ ਤਾਂ ਬਾਈ ਤੁਸੀਂ ਸਾਰਿਆਂ ਨੇ ਆਪੋ ਆਪਣੇ ਟਰੈਕਟਰ ਲੈ ਕੇ ਆਉਣਾ ਠੀਕ ਹੈ ਤੇ ਟਰੈਕਟਰਾਂ ਦੇ ਉੱਤੇ ਜ਼ਰੂਰ ਆਪਣੇ ਪਿੰਡ ਦਾ ਨਾਮ ਮੈਂਸ਼ਨ ਜ਼ਰੂਰ ਕਰਿਓ ਵੀ ਭਾਈ ਅਸੀਂ ਫਲਾਣੇ ਪਿੰਡ ਤੋਂ ਘੱਟੋ ਘੱਟ ਮੇਰੀ ਨਿਗਾਹ 'ਚ ਤਾਂ ਇਹੋ ਜਿਹੇ ਵੀ ਆਹ ਪਿੰਡੋਂ ਭਾਈ ਬੰਦੇ ਆਏ ਆ ਤੇ ਆਹ ਪਿੰਡੋਂ 'ਚ ਬੰਦੇ ਨਹੀਂ ਆਏ ਠੀਕ ਹੈ ਨਾ ਇਹ ਕੋਈ ਇਕੱਲੇ ਸਾਡੇ ਇਕੱਲੇ ਸਿੱਧੂ ਮੂਸੇਵਾਲੇ ਜਾਂ ਅੰਮ੍ਰਿਤ ਮਾਨ ਦਾ ਧਰਨਾ ਨਹੀਂ ਹੈਗਾ ਜਾਂ ਭਾਨੇ ਦਾ ਧਰਨਾ ਨਹੀਂ ਹੈਗਾ ਤੁਹਾਡੇ ਸਾਰੇ ਕਿਸਾਨਾਂ ਦਾ ਠੀਕ ਹੈ ਨਾ ਵੀ ਇੱਕ ਤਾਂ ਤੁਸੀਂ ਸਾਰਾ 10 ਵਜੇ ਟਾਈਮ ਤੇ ਪਹੁੰਚਣਾ ਦੂਜੀ ਗੱਲ ਆਪਣੇ ਬਾਈ ਟਰੈਕਟਰਾਂ ਤੇ ਆਉਣਾ ਤੀਜੀ ਗੱਲ ਆਪਣੇ ਜਿਹੜੇ ਕੀ ਹੁੰਦੇ ਨੇ ਆਪਣੇ ਪਿੰਡ ਦਾ ਨਾਮ ਲਿਖ ਕੇ ਆਪਣਾ ਮੂਹਰੇ ਝੰਡਾ ਲਾਓ ਜਾਂ ਕੁਛ ਹੋਰ ਲਾਓ ਉਹ ਲਾ ਕੇ ਆਉਣਾ ਵੀ ਭਾਈ ਅਸੀਂ ਫਲਾਣੇ ਪਿੰਡੋਂ ਆਏ ਹਾਂ ਸਾਨੂੰ ਪਤਾ ਲੱਗਣਾ ਚਾਹੀਦਾ ਚੌਥੀ ਗੱਲ ਜੀ 10 ਵਜੇ ਨੂੰ ਸਾਰੇ ਜਾਣੇ ਉੱਥੇ ਪਹੁੰਚ ਜਾਓ ਪੰਜਵੀਂ ਗੱਲ ਅਨੁਸ਼ਾਸਨ ਰੱਖਣਾ ਬਾਈ ਠੀਕ ਹੈ ਤੁਹਾਨੂੰ ਵੀ ਪਤਾ ਹੈ ਇਸ ਵਕਤ ਅਸੀਂ ਉੱਦਾਂ ਕੀਤਾ ਠੀਕ ਹੈ ਚਲੋ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਰਿਸਪੋਂਸੀਬਿਲਟੀ ਬਣਦੀ ਹੈ ਵੀ ਅਸੀਂ ਅੱਗੇ ਆ ਕੇ ਤੁਹਾਡੇ ਨਾਲ ਬੈਠੀਏ ਠੀਕ ਹੈ ਨਾ ਉਹਦੇ 'ਚ ਬਾਈ ਜੇ ਕੋਈ ਬੰਦਾ ਕੋਈ ਵੀ ਬੰਦਾ ਉਹਦੇ 'ਚ ਫੋਟੋ ਖਿੱਚਣ ਵਾਲਾ ਨਹੀਂ ਚਾਹੀਦਾ ਮੇਰਾ ਭਰਾ ਇਹ ਦੁੱਖ ਦੀ ਘੜੀ ਹੈ ਸੰਘਰਸ਼ ਭਰੀ ਘੜੀ ਹੈ ਸਾਡਾ ਸਾਥ ਦੇਣਾ ਨਾ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਉੱਥੇ ਨਾ ਅਸੀਂ ਉੱਥੇ ਕਲਾਕਾਰ ਬਣ ਕੇ ਆਉਣਾ ਨਾ ਅਸੀਂ ਫੀਲਿੰਗ ਲੈ ਨਾ ਅਸੀਂ ਫੀਲਿੰਗ ਲੈਣੀ ਨਾ ਸਾਨੂੰ ਤੁਸੀਂ ਦਵਾਇਓ ਠੀਕ ਹੈ ਨਾ ਆਪਾਂ ਐਜ਼ ਆ ਸਾਰੇ ਭਰਾ ਬਰਾਬਰ ਦੇ ਹੋ ਕੇ ਉੱਥੇ ਬੈਠਾਂਗੇ ਠੀਕ ਹੈ ਤੇ ਸਾਰੇ ਜਣਿਆਂ ਨੇ ਮੇਰਾ ਵੀਰ ਸਾਡਾ ਸਾਥ ਦੇਣਾ ਇਹ ਨਹੀਂ ਹੈਗਾ ਵੀ ਕੋਈ ਫੁੱਲੜਬਾਜ਼ੀ ਕਰਨੀ ਹੈ ਜਿਹੜਾ ਭਰਾ ਫੁੱਲੜਬਾਜ਼ੀ ਕਰੂਗਾ ਉੱਥੇ ਉਹ ਨਾ ਸਾਡਾ ਭਰਾ ਹੈ ਨਾ ਉਹਨਾਂ ਕਿਸਾਨਾਂ ਦਾ ਭਰਾ ਹੈ ਜਿਨ੍ਹਾਂ ਤੇ ਇਹ ਵਿਪਤਾ ਪਈ ਹੈ ਠੀਕ ਹੈ ਨਾ ਤੀਜੀ ਗੱਲ ਸਾਰਾ ਕੁਝ ਸਿਸਟਮ ਤੁਹਾਨੂੰ ਅੱਜ ਤੁਹਾਨੂੰ ਮੈਂ ਡੇਟ ਦੇ ਦਿੱਤੀ 25 ਤਰੀਕ ਨੂੰ ਸਾਰਾ ਕੁਝ ਤੁਹਾਨੂੰ ਤੁਹਾਡੇ ਸਾਹਮਣੇ ਹੈ ਠੀਕ ਹੈ ਨਾ ਸਾਰੇ ਜਾਣੇ ਵੀਰੇ ਟਾਈਮ ਨਾਲ ਪਹੁੰਚਿਓ ਠੀਕ ਹੈ ਨਾ ਤੇ ਮੈਂ ਕੋਸ਼ਿਸ਼ ਇਹ ਕਰਿਓ ਵੀ ਹਰੇਕ ਪਿੰਡ ਚੋਂ ਘੱਟੋ ਘੱਟ ਵੀ 200-300 ਬੰਦਾ ਜ਼ਰੂਰ ਆਵੇ ਬਿਲਕੁਲ ਤੇ ਬਿਲਕੁਲ ਬਿਲਕੁਲ ਜੇ ਕੋਈ 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 ਬੰਦੇ ਕਿਸੇ ਕੋਲੇ ਝੰਡੀਆਂ ਜਾਂ ਕੋਈ ਕੁਝ ਹੋਰ ਨਹੀਂ ਹੈਗੇ ਉਹ ਆਪਣੇ ਕਿੱਥੋਂ ਦਾ ਮੁੰਡੇ ਬੋਲੋ ਸੰਗਰੂਰ ਸੰਗਰੂਰ ਵਾਲੇ ਜਿਹੜੇ ਸੰਗਰੂਰ ਵਾਲੇ ਸਾਰੇ ਬਣਾਏ ਨੇ ਬਾਕੀ ਇੱਕ ਗੱਲ ਹੋਰ ਦੱਸਣਾ ਚਾਹਣਾ ਤੁਸੀਂ ਜਿਹੜਾ ਇਹ ਮੰਨ ਕੇ ਚੱਲੇ ਤੇ ਬਾਈ ਆਪਾਂ ਸਟੇਜ ਦਾ ਵੀ ਕੋਈ ਮੰਨ ਕੇ ਚੱਲ ਆਮ ਰੱਖੀ ਆ ਜਿਵੇਂ ਅਸੀਂ ਕੋਈ ਜਿਵੇਂ ਲੀਡਰ ਸਟੇਜਾਂ ਲਾਉਂਦੇ ਨੇ ਜਾਂ ਕਲਾਕਾਰ ਸਟੇਜਾਂ ਲਾਉਂਦੇ ਨੇ ਉਹ ਨੀਚੇ ਬੈਠ ਕੇ ਇੱਕ ਮਾਈਕ ਲੱਗਿਆ ਹੋਊਗਾ ਉੱਥੇ ਸਾਰੇ ਬੁਲਾਰੇ ਬੋਲਣਗੇ ਉਹ ਆਮ ਹੀ ਥੱਲੇ ਬੈਠ ਕੇ ਰੱਖਿਆ ਆਮ ਜਿਵੇਂ ਰੋਸ ਪ੍ਰਦਰਸ਼ਨ ਕਰਦੇ ਆ ਉਹ ਰੋਸ ਪ੍ਰਦਰਸ਼ਨ ਹੀ ਆਪਣਾ ਹਾਂਜੀ ਬਾਈ ਤੁਸੀਂ ਕੁਝ ਗੱਲਾਂ ਕਹਿਣਾ ਚਾਹੁੰਦੇ ਹੁਣ ਕਹੋ ਜੀ ਬਿਲਕੁਲ ਪਹਿਲੀ ਗੱਲ ਸਟਾਰਟ ਤੋਂ ਸ਼ੁਰੂ ਕਰਦਾ ਜੋ ਗੱਲਾਂ ਸਿੱਧੂ ਨੇ ਕਹੀਆਂ ਉਹ ਗੱਲਾਂ ਨੂੰ ਧਿਆਨ 'ਚ ਰੱਖਣਾ ਮੇਰਾ ਵੀਰ ਇਹ ਕੋਈ ਆਰਟਿਸਟ ਜਾਂ ਕੋਈ ਕਲਾਕਾਰ ਇਕੱਠੇ ਹੋ ਕੇ ਕਿਸੇ ਫਿਲਮ ਦੀ ਪ੍ਰਮੋਸ਼ਨ ਨਹੀਂ ਕਰ ਰਹੇ ਜਾਂ ਕਿਸੇ ਗਾਣੇ ਦੀ ਪ੍ਰਮੋਸ਼ਨ ਨਹੀਂ ਕਰ ਰਹੇ ਇਹ ਆਪਾਂ ਕਿਸਾਨ ਭਰਾ ਹਾਂ ਸਾਰੇ ਇਕੱਠੇ ਦੁੱਖ ਦੀ ਘੜੀ ਹੈ ਸੰਘਰਸ਼ ਦੀ ਘੜੀ ਹੈ ਇਹ ਚੀਜ਼ ਨੂੰ ਸਾਰਿਆਂ ਨੇ ਸਮਝਣਾ ਐਂਡ ਇੱਕ ਗੱਲ ਹੋਰ
ਮੰਡੀਰ ਤੁਰੀ ਫਿਰਦੀ ਆ। 25 ਤਰੀਕ ਨੂੰ ਮੰਡੀਰ ਦਾ ਟੈਗ ਨੀ ਲਵਾਉਣਾ ਆਪਾਂ, 25 ਤਰੀਕ ਨੂੰ ਜਿਹੜਾ ਆਪਾਂ ਟੈਗ ਲਵਾਉਣਾ ਹੈ ਆਪਾਂ ਲਵਾਉਣਾ ਵੀ ਬੱਚਿਆਂ ਨੂੰ ਯੰਗ ਬਲੱਡ ਨੂੰ ਫਿਕਰ ਹੈ, ਕੱਲੇ ਦਾਦੇ ਤੇ ਪਿਓ ਨੀ ਹੈਗੇ ਵੀ ਜਾ ਕੇ ਜਿਹੜੇ ਡਾਂਗਾ ਖਾਈ ਜਾਂਦੇ ਨੇ, ਸਾਰਿਆਂ ਨੂੰ ਫਿਕਰ ਹੈ। ਤੇ ਜੇ ਨੌਜਵਾਨ ਅੱਖਾਂ ਖੋਲੂਗਾ ਤਾਂ ਗਾਹਾਂ ਤੁਰਾਂਗੇ। ਮੇਰਾ ਵੀਰ ਅੱਜ ਵੀ ਮੌਕਾ, ਅੱਜ ਵੀ ਆਪਦੇ ਆਪਣੇ ਸਾਰਿਆਂ ਤੇ ਜਿਨ੍ਹਾਂ ਤੇ ਮੰਡੀਰ ਦਾ ਟੈਗ ਲੱਗਿਆ, ਸਿਆਣਾ ਬੰਦਾ ਦੇਖ ਕੇ ਇਹ ਕਵੇ ਯਾਰ ਕਿਆ ਬਾਤ ਹੈ, 25-30 ਸਾਲਾਂ ਦੇ ਮੁੰਡੇ ਸੀ, ਪਰ ਯਾਰ ਇਹਨਾਂ ਤੋਂ ਸਿੱਖੋ ਕਿਵੇਂ ਇਹਨਾਂ ਨੇ ਪ੍ਰਦਰਸ਼ਨ ਕਰਿਆ, ਕਿਵੇਂ ਇਹਨਾਂ ਨੇ ਮਾਹੌਲ ਰੱਖਿਆ, ਡਿਸਿਪਲਿਨ ਰੱਖਿਆ, ਅਨੁਸ਼ਾਸਨ ਰੱਖਿਆ। ਇਸ ਚੀਜ਼ ਦਾ ਖਿਆਲ ਰੱਖਿਓ, ਆਪਾਂ ਮੰਡੀਰ ਨਹੀਂ ਹੈਗੇ, ਆਪਾਂ ਯੂਥ ਹਾਂ ਵੀਰੇ ਪੰਜਾਬ ਦਾ, ਆਪਾਂ ਸਿਆਣੇ ਹੋਵਾਂਗੇ, ਆਪਦੇ ਹੱਕ ਮੰਗਾਂਗੇ ਤਾਂ ਕੱਲ੍ਹ ਨੂੰ ਆਪਾਂ ਨੂੰ ਇੱਜ਼ਤ ਮਿਲੂਗੀ। ਇਹ ਗੱਲ ਦਾ ਖਾਸ ਤੌਰ 'ਤੇ ਖਿਆਲ ਰੱਖਣਾ। ਐਂਡ ਰਹੀ ਗੱਲ ਵੀਰੇ ਦੂਜੀ ਕੰਟਰੋਵਰਸੀ ਵਾਲੀ, ਰੱਬ ਦਾ ਵਾਸਤਾ ਕੰਟਰੋਵਰਸੀਆਂ ਨੂੰ ਸਾਰੀ ਉਮਰ ਪਈ ਹੈ, ਆਪਾਂ 25 ਤਰੀਕ ਨੂੰ ਮੱਦੇਨਜ਼ਰ ਰੱਖੀਏ। ਜਿਹੜਾ ਬਿੱਲ ਪਾਸ ਹੋਇਆ ਬਹੁਤ ਗਲਤ ਹੋਇਆ, ਲੋਕ ਵਿਰੋਧੀ ਬਿੱਲ ਹੈ, ਕਿਸਾਨ ਵਿਰੋਧੀ ਬਿੱਲ ਨਹੀਂ ਹੈਗਾ। ਇਹਦੇ ਆਪਾਂ ਉਲਟ ਬੋਲਣ ਨੂੰ ਤਿਆਰ ਬਰ ਤਿਆਰ ਹੈ। ਜਿੱਥੇ ਅੰਮ੍ਰਿਤ ਮਾਨ ਨੂੰ, ਜਿੱਥੇ ਅੰਮ੍ਰਿਤ ਮਾਨ ਖੜੂਗਾ ਨਾਲ ਮੇਰੇ ਭਰਾ ਵੀ ਖੜਨਗੇ, ਜਿੱਥੇ ਸਿੱਧੂ ਮੂਸੇਵਾਲਾ ਖੜੂਗਾ ਉਹਦੇ ਨਾਲ ਅੰਮ੍ਰਿਤ ਮਾਨ ਵੀ ਖੜੂਗਾ, ਉਹਦੇ ਨਾਲ ਅਰਨੀਤ ਵੀ ਖੜੂਗਾ, ਸਾਡੇ ਭਰਾ ਵੀ ਖੜਨਗੇ, ਭਾਨਾ ਵੀ ਖੜੂਗਾ। ਸੋ ਅਸੀਂ ਸਾਰੇ ਭਰਾ ਹਾਂ ਤੇ ਤੁਸੀਂ ਵੀ ਸਾਡੇ ਨਾਲ ਰਲੋ, ਸਾਨੂੰ ਖੁਸ਼ੀ ਹੋਊਗੀ।